ब्लाक तलवाड़ा के पिंड भंबोताड़ विच एक स्कूल विद्यार्थी ने दो मनचले लड़कियों तो तंग परेशान होकर सल्फास दीयां गोलियां खा के आत्महत्या करने का समाचार प्राप्त होया है। जानकारी अनुसार मृतक लड़की 12वीं क्लास की विद्यार्थन सी जिसकी उम्र 17 साल सी। मृतक लड़की के पिता ने दसिया कि पिछले 7-8 महीनों तो साढ़े पिंड के लड़के मेरी लड़की तंग परेशान करते सन। उन्होंने कहा कि असी दोवां लड़कियों कई बार समझाया पर वह नहीं सुधरे, जिस तो तंग परेशान होकर मेरी लड़की ने आत्महत्या कर ली। पुलिस ने पिता कुशल कुमार के बयान के आधार पर मामला दर्ज करके अगली कार्रवाई शुरू कर दी है। पब्लिक स्पोर्ट न्यूज फोकस ब्यूरो के नाल संदीप कुमार की रिपोर्ट। की नाम अपना? कुशल कुमार जी। की होया सर बेटी ना? सर दो लड़के ने 6-7 महीने तो ब्लैकमेल कर रहे ने। भंबोताड़ सिंह के लड़के किथे दे हन सर? ए भंबोताड़ दे हन। की नाम तो हने लड़के? एक दा राहुल है, एक दा साहिल है। ब्लैकमेल करते हुए सी। लड़की ने कभी तना घर आके कोई गलबात कीती होवे? हां जी कीती। फिर ਤੁਸੀਂ ਇਹਨਾਂ ਨੂੰ ਕਦੀ ਪੁੱਛਿਆ ਹੈ ਲੜਕਿਆਂ ਨੂੰ ਕਦੀ ਜਾਂ ਕਿਦਾਂ ਕੋਈ ਗੱਲਬਾਤ? ਹਾਂ ਜੀ ਪੁੱਛਿਆ ਹੀ। ਫਿਰ ਕਹਿੰਦੇ ਸਮਝ ਜਾਂਦੇ, ਇਹਦੇ ਮਾਪਿਓ ਕਹਿੰਦੇ ਸਮਝਾ ਦਿੰਦੇ ਆ। ਉਹ ਤੁਸੀਂ ਕੀ ਚਾਹੁੰਦੇ ਹੋ? ਇਨਸਾਫ ਚਾਹੁੰਦੇ ਆ ਜੀ। ਹਾਂਜੀ ਮੈਂ ਸਰਪੰਚ ਕੁਲਜੀਤ ਕੁਮਾਰ ਭੰਬੋਦੜ। ਸਾਡੇ ਪਿੰਡ ਦੀ ਲੜਕੀ ਆ ਜਿਹੜੀ 19 ਤਰੀਕ ਨੂੰ ਪੇਪਰ ਦੇਣ ਗਈ ਸੀ ਸਕੂਲੇ, ਸਰਕਾਰੀ ਸਿੰਧੀ ਸੈਕੰਡਰੀ ਸਕੂਲ ਭੰਬੋਦੜ। ਉੱਥੋਂ 1 ਵਜੇ ਰਾਹੁਲ, ਸਨ ਆਫ ਦਿਲਬਾਗ ਸਿੰਘ, ਸਾਹਿਲ ਸਨ ਆਫ ਵਿਜੇ ਕੁਮਾਰ, ਉਹਨੂੰ ਬਿਠਾ ਕੇ ਰਾਹੁਲ ਦੇ ਘਰ ਲੈ ਗਏ। 2.5 ਘੰਟੇ ਬਾਅਦ ਉਹ ਵਾਪਸ ਭੇਜੀ। ਇਸ ਦੇ ਸੰਬੰਧ ਵਿੱਚ ਮੇਰੇ ਕੋਲ ਐਪਲੀਕੇਸ਼ਨ ਦਿੱਤੀ, ਜਿਸ ਦਾ ਮੈਂ ਸਮਾਂ 28 ਤਰੀਕ ਨੂੰ ਰੱਖਿਆ। ਉਸ ਦੇ ਦਰਮਿਆਨ ਹੀ ਲੜਕੀ ਨੂੰ ਇਹ ਦੋਨੋਂ ਲੜਕੇ ਪੇਰੈਂਟਸ ਤੰਗ ਪਰੇਸ਼ਾਨ ਕਰਨ ਲੱਗੇ। ਲੜਕੀ ਜਿਹੜੀ ਹੈ ਉਹ ਟੈਂਸ਼ਨ ਚਲੀ ਗਈ। ਅੱਜ ਸਵੇਰੇ 8 ਵਜੇ ਉਹਨੇ ਲੀਲਾ ਸਮਾਪਤ ਕਰ ਲਈ। ਸੋ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਹੈ। ਧੰਨਵਾਦ ਸਰਪੰਚ ਸਾਹਿਬ। ਜੇ ਆਪਾਂ ਗੱਲ ਕਰੀਏ, ਵੈਸੇ ਲੜਕੀ ਨੂੰ ਕਿੰਨੇ ਕੁ ਸਮੇਂ ਤੋਂ ਪਰੇਸ਼ਾਨ ਕਰ ਰਹੇ ਸੀਗੇ ਤੁਹਾਡੀ ਨੌਲੇਜ? ਜਿਹੜੇ ਮੇਰੇ ਨੌਲੇਜ 'ਚ ਹੈਗਾ ਉਹ 6 ਮਹੀਨੇ ਹੋ ਗਏ। 6 ਮਹੀਨੇ ਵਿੱਚ? ਦੋ ਇਸ ਤੋਂ ਪਹਿਲਾਂ ਇੱਕ ਵਾਰ ਹੋਇਆ, ਮੈਂ ਲੜਕੇ ਦੇ ਘਰ ਕਿਹਾ ਸੀ, ਪੇਰੈਂਟਸ ਨੇ ਜ਼ਿੰਮੇਵਾਰੀ ਲਈ ਸੀ। ਉਸ ਤੋਂ ਬਾਅਦ ਉਹ ਬਲੈਕਮੇਲ ਕਰਦੇ ਰਹੇ ਲੜਕੇ, ਅਤੇ ਕੁੜੀ ਜਿਹੜੀ ਆ ਉਹ ਪਰੇਸ਼ਾਨ ਹੁੰਦੀ ਗਈ, ਡਿਪਰੈਸ਼ਨ ਚਲੀ ਗਈ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰੱਖ ਰਹੇ ਹੋ? ਇਸਲੇ ਪਿੰਡ ਦੇ ਇੱਕ ਸਰਪੰਚ ਹੋ, ਮੇਰੀ ਪ੍ਰਸ਼ਾਸਨ ਅੱਗੇ ਇੱਕੋ ਬੇਨਤੀ ਹੈ ਕਿ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਲੜਕਿਆਂ ਦੇ ਖਿਲਾਫ਼, ਤਾਂ ਜੋ ਕਿ ਭਵਿੱਖ ਦੇ ਵਿੱਚ ਹੋਰ ਕੋਈ ਇੱਦਾਂ ਦੀ ਸਾਡੀ ਬੇਟੀਆਂ ਨਾਲ ਗੰਦਾ ਕੰਮ ਨਾ ਕਰੇ। ਅੱਜ ਇੱਕ ਮੈਡੀਕਲ ਚਿੱਟ BBMB ਤੋਂ ਮਸੂਲ ਹੋਈ ਹੈ ਕਿ ਕਿਸੇ ਲੜਕੀ ਨੇ ਕੋਈ ਜ਼ਹਿਰ ਖਾਣ ਬਾਰੇ, ਜਿਸ 'ਤੇ ਅਸੀਂ ਮੌਕੇ 'ਤੇ ਪੁੱਜੇ ਹਾਂ। ਮੌਕੇ 'ਤੇ ਜਾ ਕੇ ਦੇਖਿਆ, ਉਹਦੇ ਲੜਕੀ ਦਾ ਪਿਤਾ ਹਾਜ਼ਰ ਮਿਲਿਆ, ਜਿਸ ਨੇ ਕੁਸ਼ਲ ਕੁਮਾਰ ਸਾਨੂੰ ਧਰਮ ਚੰਦ ਨੇ ਬਿਆਨ ਵਿੱਚ ਦੱਸਿਆ ਕਿ ਮੇਰੀ ਲੜਕੀ ਨੂੰ ਰਾਹੁਲ ਕੁਮਾਰ ਅਤੇ ਸਾਹਿਲ ਕੁਮਾਰ ਜਿਹੜੇ ਪੜ੍ਹਨ ਜਾਂਦੀ ਨੂੰ ਤੰਗ ਪਰੇਸ਼ਾਨ ਕਰਦੇ ਸੀ, ਜਿਸ ਦੇ ਸੰਬੰਧ ਵਿੱਚ ਅੱਜ ਉਸਦੀ ਮੌਤ ਹੋ ਗਈ ਸੀ, ਜ਼ਹਿਰ ਖਾਣ ਨਾਲ ਮੌਤ ਹੋ ਗਈ ਸੀ। ਜਿਸ ਸੰਬੰਧ ਵਿੱਚ ਮੁਕੱਦਮਾ ਨੰਬਰ 15 ਮਿਤੀ ਅੱਜ ਦੀ 306 ਅੰਡਰ ਸੈਕਸ਼ਨ 306-34 IPC ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ, ਜਿਸ ਦੀ ਤਫਤੀਸ਼ ਚੱਲ ਰਹੀ ਹੈ। ਦੋਸ਼ੀਆਂ 'ਤੇ ਵਾਰ ਵਾਰ ਰੇਡ ਕੀਤੇ ਜਾ ਰਹੇ ਆ, ਟੀਮਾਂ ਭੇਜੀਆਂ ਗਈਆਂ।